ਜਵੇਦ ਜੱਟੂ ਜੀ ਜਵੇਦ ਇਕਬਾਲ ਜੱਟੂ ਉਹ ਵੈਦ ਖਿਲਾੜੀ ਹੈ ਜਿਹਦੇ ਨਾਲ ਮਨ ਆਵਾਂ ਖੇਡਣਾ ਦੇਖਣਾ ਚਾਹੰਦੀ ਹੈ ਅਗਰ ਜਵੇਦ ਇਕਬਾਲ ਜੱਟੂ ਅਸੇਲ ਗੋੰਦਲ ਦਾ ਮੁਕਾਬਲਾ ਹੋਵੇ ਤਾਂ ਆਵਾਂ ਨੂੰ ਬੜੇ ਮਜ਼ਾ ਆਂਦਾ ਹੈ ਔਰ ਅਸੀਂ ਇੱਕ ਦੂਸਰ ਨੂੰ ਮਾਰਦੇ ਵੀ ਬੜੇ ਆ ਬੜਾ ਕਾਂਟੇਦਾਰ ਮੁਕਾਬਲਾ ਹੁੰਦਾ ਹੈ ਔਰ ਆਵਾਂ ਦਾ ਪੂਰਾ ਸਮਝੋ ਨਸ਼ਾ ਹੁੰਦਾ ਹੈ ਤੁਹਾਨੂੰ ਕਿਸੇ ਟਾਈਮ ਮਹਿਸੂਸ ਹੁੰਦਾ ਵਾਅਦਾ ਤੁਹਾਡੇ ਤੋਂ ਜੱਟੂ ਜੇ ਜੱਟੂ ਮੇਰੇ ਲੋਕਾਂ ਦਾ ਲੋ ਵਾਅਦੇ ਬਾਜ਼ੂ ਹਰ ਚੀਜ਼ ਦੋ ਰਲੋ ਵਾਅਦੇ بس ਸਾਡੀ ਤੇ ਕੋਈ ਅੱਲਾ ਪਾਕ ਦਾ ਕਰਮ ਨਵਾਜ਼ੀ ਅਸੀਂ ਉਹਦੇ ਨਾਲ ਮੁਕਾਬਲਾ ਕਰਦੇ ਆਂ ਔਰ ਬੜਾ ਮਜ਼ਾ ਆਂਦਾ ਕਿਉਂਕਿ ਉਹ ਵੀ ਪੂਰਾ ਤਰੀਕੇ ਨਾਲ ਖੇਡਦਾ ਹੈ ਖੇਡ ਕੇ ਜਾਂਦਾ ਹੈ ਮਾਰ ਕੁੱਟ ਕੇ ਜਾਂਦਾ ਹੈ ਫਿਰ ਸਾਨੂੰ ਵੀ ਮਜ਼ਾ ਆਂਦਾ ਹੈ ਜਿਸ ਟਾਈਮ ਅਗਲਾ ਬੰਦਾ ਰਜਾ ਕੇ ਜਾਵੇ ਨਾ ਤਸੱਲੀ ਕਰਕੇ ਫਿਰ ਬੰਦਾ ਬਣ ਜਾਂਦਾ ਵੇ ਤਕੜਾ ਮੇਰੇ ਤੋਂ ਕੱਟ ਜਾਂਦਾ ਹੈ ਤੁਹਾਡੇ ਕੋਲ ਹੀ ਆਜ਼ਾਦਾ ਦੁਆਰੀ ਚੱਲਾ ਜਾਂਦਾ ਹੈ ਜਿਆ ਬਰਾਬਰ ਹੈ ਇਹ 50 50 50 50 ਸਦਕਾ ਦਾਖਲੇ ਦਾ ਤੱਕਦੇ ਜਿਆ ਪਤਾ ਕੋਈ ਅੱਲਾ ਬਾਣੇ ਸਰ ਪਰ ਬੰਦੇ ਫਾਦ ਲੈਣਾ ਜਾਂ ਨਸ ਜਾਣਾ ਸ ਬਸ ਜੇ ਥੋੜੀ ਜਿਹੀ ਗਲਤੀ ਕਰਨੀ ਹੈ ਦੂਜੇ ਫਾਇਦਾ ਉਠਾ ਕੇ ਪੁਆਇੰਟ ਲੈ